ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਭਾਖੜਾ ਡੈਮ, ਅਤੇ ਤੁਹਾਨੂੰ ਅੱਜ ਦੱਸ ਦਿਆਂਗੇ ਭਾਖੜਾ ਜਾਣ ਵਾਸਤੇ ਪਾਸ ਕਿਸ ਤਰ੍ਹਾਂ ਬਣਦਾ ਹੈ, ਕਿਸ ਤਰ੍ਹਾਂ ਸਾਨੂੰ ਪਾਸ ਬਣਾਉਣਾ ਪੈਂਦਾ, ਅਤੇ ਕਿੰਨੇ ਟਾਈਮ 'ਤੇ ਪਾਸ ਬਣਦਾ ਹੈ, ਅਤੇ ਕਿੰਨਾ ਕੁ ਟਾਈਮ ਲੱਗਦਾ ਹੈ। ਚਲੋ ਆਪਾਂ ਹੁਣ ਆਪਣਾ ਸਾਡਾ ਘਰ, ਅਤੇ ਆਪਾਂ ਘਰ ਤੋਂ ਲੱਗੀਆਂ ਜਾਣ ਤੁਰਨ ਲੱਗੇ ਹਾਂ ਜੀ। ਅਤੇ ਮੇਰੇ ਨਾਲ ਨੇ ਹਰਪ੍ਰੀਤ ਸਿੰਘ, ਅਤੇ ਨਾਲ ਨੇ ਵਰਿੰਦਰਪਾਲ ਜੀ, ਅਤੇ ਅਸੀਂ ਤੁਹਾਨੂੰ ਅੱਗੇ ਦੱਸਦੇ ਹਾਂ ਜੀ ਅਤੇ ਰਸਤਾ ਵੀ ਕਿਵੇਂ ਚੱਲ ਰਿਹਾ। ਹਰਪ੍ਰੀਤ ਸਿੰਘ ਜੋ ਡਰਾਈਵਿੰਗ ਕਰ ਰਿਹਾ, ਅਤੇ ਪਿੱਛੇ ਵਰਿੰਦਰਪਾਲ ਸਿੰਘ ਜੀ ਬੈਠੇ ਨੇ, ਅਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਭਾਖੜਾ, ਅਤੇ ਕਿਵੇਂ ਕਿਵੇਂ ਉੱਥੇ ਤੁਹਾਡਾ ਪਾਸ ਬਣੂਗਾ। ਨੰਗਲ ਡੈਮ ਪਹੁੰਚਾਂਗੇ ਪਹਿਲਾਂ ਆਪਾਂ। ਨੰਗਲ ਡੈਮ ਲਗਭਗ ਸਾਡੇ ਤੋਂ ਹੈ ਜੀ ਇੱਥੋਂ ਕੋਈ 10 ਕਿਲੋਮੀਟਰ ਦੀ ਦੂਰੀ 'ਤੇ, ਅਤੇ ਪਿੰਡ ਤੋਂ ਚੱਲ ਪਏ ਹਾਂ ਜੀ ਅਸੀਂ, ਅਤੇ ਇੱਥੋਂ ਸਾਡਾ ਉਹ ਹਾਈਵੇ ਹੈ ਲਗਭਗ ਕੋਈ 1.5 ਕਿਲੋਮੀਟਰ। ਇਹ ਸਾਹਮਣੇ ਆ ਚੁੱਕਾ ਜੀ ਹਾਈਵੇ ਰੋਡ ਆਪਣਾ, ਅਤੇ ਇਸ ਹਾਈਵੇ ਰੋਡ ਦੇ ਉੱਤੋਂ ਆਪਾਂ ਮਤਲਬ ਸਾਡੀ ਲੈਫਟ ਸਾਈਡ ਅਨੰਦਪੁਰ ਸਾਹਿਬ 10 ਕਿਲੋਮੀਟਰ, ਅਤੇ ਇੱਧਰ ਆਪਣੀ ਰਾਈਟ ਸਾਈਡ ਨੰਗਲ ਡੈਮ, ਅਤੇ ਆਪਾਂ ਹੁਣ ਰਾਈਟ ਸਾਈਡ ਨੂੰ ਜਾਵਾਂਗੇ ਨੰਗਲ ਡੈਮ ਨੂੰ, ਅਤੇ ਇਹ ਵਾਲੀ ਸਾਡੀ ਲੈਫਟ ਸਾਈਡ ਹੈ ਜੋ ਇਹ ਅਨੰਦਪੁਰ ਸਾਹਿਬ। ਮਾਸਕ ਮੂਸਕ ਲਗਾ ਕੇ ਜੀ ਬ੍ਰਹਮਪੁਰ, ਇੱਥੋਂ ਲਗਭਗ ਕੋਈ 4-5 ਕਿਲੋਮੀਟਰ ਨੰਗਲ ਡੈਮ ਹੈ। ਅਤੇ ਆਪਾਂ ਪਹੁੰਚ ਗਏ ਜੀ, ਇਹ ਹੈ ਜੀ ਪਿੰਡ MP ਦੀ ਕੋਠੀ ਕਹਿੰਦੇ ਆ ਇਹਨੂੰ, ਅਤੇ ਸਾਡੇ ਬਿਲਕੁਲ ਰਾਈਟ ਸਾਈਡ 'ਤੇ, ਮੈਂ ਤੁਹਾਨੂੰ ਦਿਖਾ ਰਿਹਾ ਰਾਈਟ ਸਾਈਡ 'ਤੇ ਨਹਿਰ ਆ ਜਾਂਦੀ ਹੈ ਜੀ। ਤਾਂ ਬਿਲਕੁਲ ਸਾਡੀ ਅਸੀਂ ਹੁਣ ਦੇ ਨਹਿਰ ਦੇ ਬਿਲਕੁਲ ਨਾਲ ਨਾਲ ਜਾਵਾਂਗੇ, ਨੰਗਲ ਸਾਥੋਂ ਸਿਰਫ ਥੋੜ੍ਹੀ ਜਿਹੀ ਦੂਰ ਰਹਿ ਗਿਆ ਹੈ, ਲਗਭਗ ਕੋਈ 2 ਕਿਲੋਮੀਟਰ ਦੇ ਕਰੀਬ, ਇਹ ਨਾਲ ਬਿਲਕੁਲ ਨਹਿਰ ਹੈ। ਅਤੇ ਆਪਾਂ ਬਿਲਕੁਲ ਸਟੇਟ ਸਿੱਧੇ ਜਾਣਾ ਇੱਥੋਂ, ਥੋੜ੍ਹਾ ਜਿਹਾ ਡਬਲ ਰੋਡ ਆ ਜਾਂਦਾ ਇੱਥੇ ਜਵਾਹਰ ਮਾਰਕੀਟ ਦੇ ਨਾਲ, ਬਿਲਕੁਲ ਨਾਲ ਨਹਿਰ ਹੈ ਸਾਡੇ, ਦੇਖੋ ਬਿਲਕੁਲ ਨਾਲ ਸਾਡੇ ਨਹਿਰ ਹੈ ਜੀ, ਸ਼ਾਇਦ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਜੀ। ਅਤੇ ਆਪਾਂ ਬਿਲਕੁਲ ਨਹਿਰ ਦੇ ਨਾਲ ਨਾਲ ਹੀ ਜਾਵਾਂਗੇ, ਅਤੇ ਲਾਸਟ ਜੋ ਟੀ ਪੁਆਇੰਟ ਆਊਗਾ ਉੱਥੋਂ ਆਪਾਂ ਰਾਈਟ ਹੋ ਜਾਵਾਂਗੇ ਜੀ। ਇੱਥੋਂ ਥੋੜ੍ਹਾ ਜਿਹਾ ਰੋਡ ਕਲੋਜ਼ ਕੀਤਾ ਹੋਇਆ ਨਾਲੋਂ, ਆਪਾਂ ਅੱਗੋਂ ਘੁੰਮ ਕੇ ਆਵਾਂਗੇ, ਵੈਸੇ ਰੋਡ ਸਿੱਧਾ ਹੀ ਜਾਣਾ ਆਪਾਂ ਨਹਿਰ ਦੇ ਨਾਲ ਨਾਲ ਬਿਲਕੁਲ, ਉਹ ਰੋਡ ਕਲੋਜ਼ ਹੋਣ ਕਰਕੇ ਆਪਾਂ ਆਇਆ ਰੇਲਵੇ ਰੋਡ ਦੇ ਵਿੱਚੋਂ। ਆਹ ਰੇਲਵੇ ਰੋਡ ਆ, ਇਹ ਸਾਹਮਣੇ ਰੇਲਵੇ ਸਟੇਸ਼ਨ ਹੈ ਜੀ, ਇਸ ਸਾਈਡ 'ਤੇ ਸਾਡੀ ਲੈਫਟ ਸਾਈਡ 'ਤੇ ਰੇਲਵੇ ਸਟੇਸ਼ਨ ਹੈ ਸਬਜ਼ੀ ਮੰਡੀ, ਅਤੇ ਉਹ ਰੋਡ ਕਲੋਜ਼ ਹੋਣ ਕਰਕੇ ਆਪਾਂ ਰੇਲਵੇ ਰੋਡ ਦੇ ਵਿੱਚੋਂ ਆ ਰਹੇ ਹਾਂ ਜੀ, ਅਤੇ ਇਹ ਵੀ ਰੋਡ ਉੱਥੇ ਜਾ ਕੇ ਇਕੱਠੇ ਹੋ ਜਾਂਦੇ ਆ ਦੋਨੋਂ ਰੋਡ। ਇੱਥੇ ਪੁਲ ਬਣ ਰਿਹਾ ਜੀ, ਓਵਰਬ੍ਰਿਜ ਬਣ ਰਿਹਾ, ਓਵਰਬ੍ਰਿਜ ਬਣ ਕਰਕੇ ਦੂਜਾ ਰੋਡ ਸਾਡਾ ਜੋ ਕਲੋਜ਼ ਕੀਤਾ ਹੋਇਆ, ਵੈਸੇ ਗੱਡੀ ਲੰਘ ਜਾਂਦੀ ਹੈ ਪਰ ਉੱਥੇ ਥੋੜ੍ਹਾ ਤੰਗ ਏਰੀਆ ਹੈ, ਇਸ ਲਈ ਅਸੀਂ ਆਹ ਰੇਲਵੇ ਰੋਡ ਤੋਂ ਜਾ ਰਹੇ, ਕਿ ਬਹੁਤ ਜ਼ਿਆਦਾ ਗੱਡੀਆਂ ਇੱਧਰੋਂ ਆ ਰਹੀਆਂ। ਅੱਗੋਂ ਆਪਾਂ ਰਾਈਟ ਸਾਈਡ ਨੂੰ ਟਰਨ ਕਰ ਜਾਂਗੇ, ਇਹ ਰੋਡ ਸਿੱਧੇ ਚਲਾ ਜਾਂਦਾ 19 ਹਮੀਰਪੁਰ, ਆਹ ਰੋਡ ਜੋ ਗੱਡੀ ਜਾ ਰਹੀ ਹੈ ਸਿੱਧਾ ਚਲਾ ਜਾਂਦਾ 19 ਨੂੰ, ਤਾਂ ਆਪਾਂ ਰਾਈਟ ਸਾਈਡ ਨੂੰ ਜਾਵਾਂਗੇ, ਇੱਧਰ ਤਾਂ ਟਰਨ ਕਰ, ਆਊਟ ਸਾਈਡ 'ਤੇ ਟਰਨ ਕਰਨਾ ਪਊਗਾ, ਇੱਧਰ ਵੀ ਟਰਨ ਕਰਾਂਗੇ ਆਪਾਂ ਇਸ ਰੋਡ ਨੂੰ। ਥੋੜ੍ਹਾ ਇਹ ਓਵਰਬ੍ਰਿਜ ਬਣ ਕਰਕੇ ਥੋੜ੍ਹੇ ਰੋਡ ਕਲੋਜ਼ ਕੀਤੇ ਹੋਏ ਹੈ, ਅਤੇ ਇਹ ਆ ਜਾਂਦਾ ਸਾਡਾ ਜੀ ਨਾਲ ਹੀ ਰਾਈਟ ਸਾਈਡ 'ਤੇ ਬੱਸ ਸਟੈਂਡ, ਇਹ ਨੰਗਲ ਦਾ ਬੱਸ ਸਟੈਂਡ ਹੈ, ਇਹ ਬੱਸ ਸਟੈਂਡ ਹੈ ਨੰਗਲ ਦਾ। ਅਤੇ ਆਪਾਂ ਇੱਥੋਂ ਬਿਲਕੁਲ ਸਿੱਧੇ ਜਾਵਾਂਗੇ ਜੀ, ਸਾਹਮਣੇ ਨਹਿਰ ਪਾਰ ਕਰਾਂਗੇ, ਅਤੇ ਸਾਡਾ ਜੋ ਰਾਈਟ ਸਾਈਡ 'ਤੇ ਆਪਾਂ ਜੇਕਰ ਨਹਿਰ ਦੇ ਨਾਲ ਨਾਲ ਆਉਂਦੇ ਹਾਂ ਤਾਂ ਆਪਾਂ ਇੱਥੇ ਰੋਡ 'ਤੇ ਆਉਂਦੇ ਹਾਂ, ਰਾਈਟ ਸਾਈਡ ਜਿੱਦਣ ਆਪਾਂ ਗੱਡੀ ਮੁੜੀ ਆਪਾਂ ਇੱਥੇ ਆਉਂਦੇ ਹਾਂ।
ਤੇ ਆਪਾਂ ਹੁਣ ਘੁੰਮ ਕੇ ਆਏ ਆ ਇੱਥੇ ਆਉਂਦੇ ਆ ਇਹ ਰੋਡ ਥੋੜਾ ਕਲੋਜ਼ ਹੈ ਤੇ ਇੱਥੋਂ ਆਉਂਦੇ ਹੀ ਆਪਾਂ ਰਾਈਟ ਹੋ ਕੇ ਇਹ ਨਹਿਰ ਪਾਰ ਕਰਨੀ ਹੈ ਇਹ ਫਸਟ ਨਹਿਰ ਇਸ ਤਰ੍ਹਾਂ ਅੱਜ ਤੋਂ ਨਾਲ ਹੀ ਥੋੜ੍ਹੀ ਅੱਗੇ ਜਾ ਕੇ ਅੱਜ ਸੰਡੇ ਆ ਸੰਡੇ ਆ ਕੇ ਮਾਰਕੀਟ ਵੀ ਕਲੋਜ਼ ਹੈ ਤੇ ਆਪਾਂ ਸਿੱਧੇ ਹੀ ਜਾਣਾ ਇੱਥੋਂ ਅਤੇ ਆ ਨਾਲ ਹੀ ਅੱਗੇ ਇੱਕ ਹੋਰ ਨਹਿਰ ਆ ਜਾਂਦੀ ਹੈ ਦੋ ਨਹਿਰਾਂ ਤੋਂ ਅਸੀਂ ਪਾਰ ਕਰਦੇ ਹਾਂ ਇੱਕ ਹੋਰ ਨਹਿਰ ਆ ਗਈ ਜੀ ਇਹ ਨਹਿਰ ਦੇ ਬਿਲਕੁਲ ਨਾਲ ਹੀ ਅੱਗੇ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਕਿ ਰੇਲਵੇ ਫਾਟਕ ਹੈ ਅਤੇ ਇਹ ਇੱਕ ਛੋਟੀ ਟ੍ਰੇਨ ਹੈ ਜੋ ਭਾਖੜੇ ਨੂੰ ਜਾਂਦੀ ਹੈ ਅਤੇ ਬਿਲਕੁਲ ਫਰੀ ਲੈ ਕੇ ਜਾਂਦੀ ਹੈ ਅਗਰ ਤੁਸੀਂ ਜਾਣਾ ਹੋਵੇ ਤਾਂ ਫਰੀ ਜਾਂਦੇ ਆ ਆਪਾਂ ਅਤੇ ਆਪਾਂ ਬਿਲਕੁਲ ਸਟੇਟ ਸਿੱਧੇ ਜਾਵਾਂਗੇ ਇੱਥੋਂ ਆਪਾਂ ਰਾਈਟ ਹੋ ਕੇ ਇਸ ਰੋਡ ਤੋਂ ਵੀ ਜਾ ਸਕਦੇ ਹਾਂ ਜੀ ਅਤੇ ਇਹ ਆ ਗਈ ਤੁਹਾਡੀ ਰੇਲਵੇ ਲਾਈਨ ਇਹ ਟ੍ਰੇਨ ਭਾਖੜੇ ਨੂੰ ਜਾਂਦੀ ਹੈ ਅਤੇ ਮਤਲਬ ਜੋ ਵੀ ਭਾਖੜੇ ਵਿੱਚ ਬੰਦੇ ਵਰਕਰ ਕੰਮ ਕਰਦੇ ਉਹਨਾਂ ਦੇ ਲਈ ਹੈ ਅਤੇ ਤੁਸੀਂ ਅਸੀਂ ਵੀ ਇਹਦੇ ਵਿੱਚ ਜਾ ਸਕਦੇ ਹਾਂ ਇਹਦੇ ਵਿੱਚ ਕੋਈ ਟਿਕਟ ਨਹੀਂ ਲੱਗਦੀ ਹੈ ਮੇਰੇ ਇੰਡੀਆ ਦੀ ਪਹਿਲੀ ਐਸੀ ਟ੍ਰੇਨ ਹੈ ਜੋ ਫਰੀ ਸਫ਼ਰ ਕਰਵਾਉਂਦੀ ਹੈ ਕਦੇ ਮੌਕਾ ਮਿਲਿਆ ਤਾਂ ਇਹਦੇ ਵਿੱਚ ਵੀ ਤੁਹਾਨੂੰ ਆਪਾਂ ਦੱਸਾਂਗੇ ਜਾ ਕੇ ਵੀਡੀਓ ਬਣਾ ਕੇ ਦੱਸਾਂਗੇ ਅਤੇ ਇੱਥੋਂ ਆਪਾਂ ਬਿਲਕੁਲ ਸਟੇਟ ਸਿੱਧੇ ਜਾਣਾ ਸਿੱਧੇ ਬਿਲਕੁਲ ਸਟੇਟ ਅੱਗੇ ਸਾਡਾ ਬਣੂਗਾ ਜੀ ਅੱਗੇ ਪਾਸ ਬਣਾਉਣ ਵਾਸਤੇ ਸਾਨੂੰ ਚਾਹੀਦਾ ਹੈ ਆਧਾਰ ਕਾਰਡ ਅਤੇ ਸਾਨੂੰ ਆਧਾਰ ਕਾਰਡ ਦੇਣਾ ਪਊਗਾ ਅਤੇ ਨਾਲ ਸਾਨੂੰ ਗੱਡੀ ਦਾ ਨੰਬਰ ਨੋਟ ਕਰਾਉਣਾ ਪਊਗਾ ਅਤੇ ਉੱਥੇ ਉਹ ਲਿਖਣਗੇ ਅਸੀਂ ਕਿੰਨੇ ਮੈਂਬਰ ਹੈਗੇ ਆ ਗੱਡੀ ਦੇ ਵਿੱਚ ਕਿੰਨੇ ਬੰਦੇ ਹੈਗੇ ਆਪਾਂ ਠੀਕ ਹੈ ਅਤੇ ਸਾਨੂੰ ਉਹ ਪਾਸ ਬਣਾ ਕੇ ਦੇ ਦੇਣਗੇ ਅਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪਾਸ ਹੈ ਉਹ 3:30 ਵਜੇ ਤੋਂ ਪਹਿਲਾਂ ਬਣਦਾ ਹੈ 3:30 ਵਜੇ ਤੋਂ ਬਾਅਦ ਪਾਸ ਬੰਦ ਅਤੇ ਤੁਸੀਂ 3:30 ਵਜੇ ਤੋਂ ਬਾਅਦ ਤੁਸੀਂ ਆਪਣਾ ਹਿਮਾਚਲ ਜਾਂ ਭਾਖੜੇ ਵਾਲੀ ਸਾਈਡ 'ਤੇ ਐਂਟਰੀ ਨਹੀਂ ਕਰ ਸਕਦੇ ਅੱਗੇ ਆਪਾਂ ਬਿਲਕੁਲ ਸਟੇਟ ਜਾਣਾ ਥੋੜ੍ਹਾ ਜਿਹਾ ਆਪਾਂ ਸਲਾਈਡ ਕਰਨਾ ਰਾਈਟ ਸਾਈਡ ਨੂੰ ਇੱਥੋਂ ਬੀ ਤੋਂ ਆਪਾਂ ਰਾਈਟ ਸਾਈਡ ਨੂੰ ਸਲਾਈਡ ਕਰ ਜਾਣਾ ਆਪਾਂ ਪਹੁੰਚ ਚੁੱਕੇ ਹਾਂ ਜੀ ਇੱਥੇ ਅਤੇ ਲੈਫਟ ਸਾਈਡ ਅਤੇ ਬਿਲਕੁਲ ਆ ਜਿੱਥੇ ਗੱਡੀਆਂ ਖੜੀਆਂ ਜਿੱਥੇ ਉਹ ਗੇਟ ਸਾਹਮਣੇ ਗੇਟ ਜਿੱਥੋਂ ਬੰਦੇ ਬਾਹਰ ਆ ਰਹੇ ਬਸ ਇੱਥੇ ਨਾਲ ਹੀ ਗੱਡੀ ਲਾਓ ਲੋਕ ਸੰਪਰਕ ਦਫ਼ਤਰ ਇੱਥੇ ਸਾਡਾ ਪਾਸ ਬਣੂਗਾ ਜੀ ਭਾਖੜਾ ਜਾਣ ਦੇ ਲਈ ਅਤੇ ਇੱਥੇ ਉਹ ਸਾਹਮਣੇ ਲਿਖਿਆ ਹੋਇਆ ਟਾਈਮਿੰਗ ਇਹਨਾਂ ਨੇ 8 AM to 3:20 ਤੱਕ ਇਹ ਤੋਂ ਪਹਿਲਾਂ ਅਸੀਂ ਪਾਸ ਬਣਾ ਸਕਦੇ ਸਾਨੂੰ ਆਧਾਰ ਕਾਰਡ ਦੀ ਲੋੜ ਹੈ ਮੈਂ ਹੁਣ ਪਾਸ ਬਣਾ ਕੇ ਲਿਆਉਂਦਾ ਜੀ ਅੰਦਰੋਂ ਇਹ ਸਾਡਾ ਜੀ ਇਹ ਦਫ਼ਤਰ ਅਤੇ ਪਾਸ ਬਣ ਗਿਆ ਸਾਡਾ ਠੀਕ ਹੈ ਜੀ ਅਤੇ ਆਪਾਂ ਹੁਣ ਅੱਗੇ ਤੁਹਾਨੂੰ ਦੱਸਦੇ ਹਾਂ ਕਿੱਥੇ ਲੈਣਾ ਅਤੇ ਸਾਡਾ ਪਾਸ ਬਣ ਚੁੱਕਾ ਜੀ ਇਹਦੇ ਵਿੱਚ ਸਾਡਾ ਉਹਨੇ ਗੱਡੀ ਨੰਬਰ ਪਾਤਾ ਮੇਰਾ ਨਾਮ ਲਿਖਤਾ ਅਤੇ ਆ ਨਾਲ 3 ਮੈਂਬਰ ਲਿਖਤੇ ਕਿ ਆਪਾਂ 3 ਬੰਦੇ ਹਾਂ ਠੀਕ ਹੈ ਅਤੇ ਇਹ ਅੱਗੇ ਪਾਸ ਹੁਣ ਆਪਾਂ ਪੰਜਾਬ ਦੇ ਬਾਰਡਰ ਜਦੋਂ ਆਊਗਾ ਅੱਗੇ ਉੱਥੇ ਚੱਲਦੇ ਹਾਂ ਅਤੇ ਉੱਥੇ ਤੁਹਾਨੂੰ ਦੱਸਦੇ ਉੱਥੇ ਵੀ ਇੱਕ ਵਾਰੀ ਐਂਟਰੀ ਕਰਾਉਣੀ ਪਊਗੀ ਜੀ ਭਾਖੜਾ ਡੈਮ ਨੈਣਾ ਦੇਵੀ ਬੜੇ ਮੋੜੇ ਮੈਂ ਟਰਾਲੀਆਂ ਚ ਪਾ ਕੇ ਕੋਈ ਨੀ ਠੀਕ ਹੈ ਚੱਲ ਰਿਹਾ ਬਣਦੀ ਹੈ ਦੇਖੋ ਜੀ ਲੋਕੇਸ਼ਨ ਇੱਧਰ ਨੀਚੇ ਤੋਂ ਲੈ ਚੱਲ ਚਾਹੇ ਉੱਪਰੋਂ ਲੈ ਜਾਂ ਨੀਚੇ ਲੈ ਜਾ ਇੱਕੋ ਗੱਲ ਹੈ ਥੱਲੇ ਲੈ ਜਾ ਉੱਥੇ ਕ੍ਰੋਸਿੰਗ ਦੇ ਔਖੇ ਹੋ ਜਾਣ ਨੀਚੇ ਅਤੇ ਉਹ ਸਾਹਮਣੇ ਰੇਲਵੇ ਫਾਟਕ ਹੈ ਜੀ ਅਤੇ ਇੱਥੇ ਆਪਾਂ ਕਰੀ ਫਿਰ ਆਪਣਾ ਪਾਸ ਦੀ ਐਂਟਰੀ ਕਰਾਵਾਂਗੇ ਆਹ ਬੈਰੀਗੇਟ ਲੱਗੇ ਹੋਏ ਆ ਸਾਹਮਣੇ ਹਾਂ ਬੈਰੀਗੇਟ ਦੇ ਨਾਲ ਹੀ ਰੁਕ ਲਾ ਗੱਡੀ ਬਸ ਸਾਈਡ ਨੂੰ ਦੇਖੋ ਸਾਹਮਣੇ ਬੈਰੀਗੇਟ ਲੱਗਿਆ ਹੋਇਆ ਜੀ ਇੱਥੇ ਗੱਡੀ ਰੁਕਾਂਗੇ ਅਤੇ ਆਹ ਸਾਹਮਣੇ ਦੇਖੋ ਪੁਲਿਸ ਵਾਲਾ ਹੱਥ ਮਾਰ ਰਿਹਾ ਕਹਿੰਦਾ ਰੁਕ ਜਾਓ ਜੀ ਇੱਥੇ ਆਪਾਂ ਆਪਣਾ ਪਾਸ ਚੈੱਕ ਕਰਾਵਾਂਗੇ ਜੀ ਅਤੇ ਆਪਾਂ ਇੱਥੇ ਵੀ ਐਂਟਰੀ ਕਰਾ ਚੁੱਕੇ ਹਾਂ ਜੀ ਅਤੇ ਆਪਾਂ ਇੱਥੋਂ ਨਿਕਲ ਚੱਲੇ ਹਾਂ ਇੱਥੇ ਤੁਹਾਨੂੰ ਐਂਟਰੀ ਕਰਾਉਣੀ ਪਊਗੀ ਆਪਣਾ ਨੋਟ ਹੁੰਦਾ ਅਤੇ ਅੱਗੇ ਚੱਲਦੇ ਹਾਂ ਅੱਗੇ ਸਾਡਾ ਹੁਣ ਸਾਹਮਣੇ ਹਿਮਾਚਲ ਦਾ ਬੈਰੀ ਰਾਜ ਆ ਗਿਆ ਜੀ ਬਿਲਕੁਲ ਇਹਦੇ ਨਾਲ ਹੀ ਆ ਹਿਮਾਚਲ ਅਤੇ ਆਹ ਸਾਡੀ ਰੇਲਵੇ ਲਾਈਨ ਜੋ ਭਾਖੜੇ ਨੂੰ ਜਾ ਰਹੀ ਹੈ ਅਤੇ ਉੱਥੇ ਸਾਨੂੰ 40 ਰੁਪਏ ਦੀ ਪਰਚੀ ਦੇਣੀ ਪੈਣੀ 40 ਰੁਪਏ ਪਤਾ ਨਹੀਂ ਕਿੰਨੀ ਜੋ ਵੀ ਪਰਚੀ ਲੱਗਦੀ ਹੈ
ਉਹ ਦਿਖਾ ਦਾਂਗੇ ਆਪਾਂ ਯਾਰ। ਇਹ ਹੈ ਜੀ ਹਿਮਾਚਲ ਦਾ ਬੈਰੀਅਰ। ਆਪਾਂ ਜੀ 70 ਰੁਪਏ ਦੀ ਪਰਚੀ ਕਟਾਤੀ ਹੈ ਅਤੇ ਹਿਮਾਚਲ ਇੰਟਰੀ। ਹੁਣ ਸ਼ੁਰੂ ਹੋ ਗਿਆ ਜੀ ਭਾਖੜੇ ਦਾ ਸਫ਼ਰ। ਇੱਥੋਂ ਬਿਲਕੁਲ ਨਾਲ ਹੀ ਪਹਾੜ ਸ਼ੁਰੂ ਹੋ ਜਾਂਦੇ ਆ। ਲਓ ਜੀ ਨਜ਼ਾਰੇ ਪਹਾੜ ਦੇ ਅਸੀਂ। ਭਾਖੜਾ ਡੈਮ 8 ਕਿਲੋਮੀਟਰ। ਅਤੇ ਆਪਾਂ ਹੁਣ ਆ ਚੁੱਕੇ ਹਾਂ ਜੀ ਅੱਗੇ ਇੱਕ ਹੋਰ ਚੈੱਕ ਪੋਸਟ, ਬਿਲਕੁਲ ਨਾਲ ਹੀ ਆ ਜਾਂਦਾ 2-3 ਕਿਲੋਮੀਟਰ ਲੰਘ ਕੇ। ਅਤੇ ਇੱਥੇ ਆਪਾਂ ਫਿਰ ਆਪਣੀ ਇੱਕ ਇੰਟਰੀ ਕਰਾਵਾਂਗੇ। ਇੱਥੇ ਸਾਡੀ ਜੋ ਇੰਟਰੀ ਆ ਹਿਮਾਚਲ ਪੁਲਿਸ ਕਰੇਗੀ, ਠੀਕ ਹੈ ਜੀ। ਅਤੇ ਆਹ ਨਾਲ ਹੀ ਸਾਡਾ ਇੱਕ ਤਰਸੂ ਨੂੰ ਰਸਤਾ ਚਲਾ ਜਾਂਦਾ ਅਤੇ ਇੱਥੇ ਆਪਾਂ ਰੋਕਾਂਗੇ। ਇਹ ਆ ਗਿਆ ਚੈੱਕ ਪੋਸਟ, ਅਤੇ ਆਹ ਗੱਡੀ ਸਾਈਡ 'ਤੇ ਲਾਵਾਂਗੇ। ਇੱਥੇ ਆਪਾਂ ਆਪਣੀ ਇੰਟਰੀ ਕਰਾਵਾਂਗੇ ਜੀ, ਠੀਕ ਹੈ ਜੀ। ਲਓ ਜੀ ਅਤੇ ਸਾਡੀ ਇੰਟਰੀ ਹੋ ਚੁੱਕੀ ਹੈ ਜੀ। ਅਤੇ ਆਪਾਂ ਹੁਣ ਫਿਰ ਜਾ ਰਹੇ ਅੱਗੇ ਭਾਖੜੇ। ਅੱਗੇ ਹੁਣ ਭਾਖੜੇ ਦੇ ਬਿਲਕੁਲ ਕੋਲ ਜਾ ਕੇ ਸਾਡੀ ਇੱਕ ਇੰਟਰੀ ਹੋਊਗੀ ਅਤੇ ਬਸ ਉਹ ਤੋਂ ਬਾਅਦ ਅੱਗੇ ਕੋਈ ਇੰਟਰੀ ਨਹੀਂ ਹੈ, ਠੀਕ ਹੈ ਜੀ। ਅਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹਾ ਜਿਹਾ ਵਿਊ, ਅਤੇ ਵਿਊ ਕਿਸ ਤਰ੍ਹਾਂ ਦਾ ਇੱਥੇ ਦਾ। ਇਹ ਰੋਡ ਥੋੜ੍ਹਾ ਪਹਾੜੀ ਰਸਤਾ ਜੀ। ਵਿਊ ਇੱਥੋਂ ਦਾ ਬਹੁਤ ਸੋਹਣਾ। ਉਹ ਨੀਚੇ ਜੋ ਥੱਲੇ ਨਦੀ ਹੈ, ਇਹ ਆਪਣਾ ਬੜੀ ਸਾਈਡ 'ਤੇ ਬਸ ਉਹ ਨੀਚੇ ਨਦੀ ਹੈ, ਭਾਖੜੇ ਤੋਂ ਪਾਣੀ ਆ ਰਿਹਾ। ਉਹ ਦੇਖੋ ਨੀਚੇ ਅਤੇ ਆਹ ਸਾਡਾ ਇੱਕ ਟੀ ਪੁਆਇੰਟ ਹੈ ਜਾਂਦਾ ਨੀਚੇ। ਇੱਥੋਂ ਤੁਸੀਂ ਆਪਾਂ ਰਾਈਟ ਜਾਵਾਂਗੇ ਤਾਂ ਭਾਖੜੇ ਵੱਲ ਨੂੰ ਜਾਵਾਂਗੇ, ਅਤੇ ਜੋ ਲੈਫਟ ਹੈ ਉਹ ਸਾਡਾ ਚਲਾ ਜਾਂਦਾ ਹੈ ਰਾਏਪੁਰ ਮੈਦਾਨ ਦੀ ਸਾਈਡ। ਰਾਏਪੁਰ ਮੈਦਾਨ ਵੀ ਇੱਕ ਮੰਦਿਰ ਹੈ ਬਹੁਤ ਵਧੀਆ ਜੋ ਪਾਣੀ ਦੇ ਵਿੱਚ ਹੈ। ਅਤੇ ਇਹ ਆ ਗਿਆ ਤੁਹਾਡਾ ਇੱਕ ਰਸਤਾ ਇੱਧਰ ਗਿਆ, ਪਰ ਆਪਾਂ ਇਸ ਸਾਈਡ ਰਾਈਟ ਸਾਈਡ ਜਾਵਾਂਗੇ। ਇਸ ਦਾ ਰੋਡ ਭਾਖੜੇ ਨੂੰ ਚਲਾ ਜਾਂਦਾ ਹੈ। ਰਾਏਪੁਰ ਮੈਦਾਨ ਵੀ ਤੁਹਾਨੂੰ ਅਗਰ ਕਦੇ ਮੌਕਾ ਮਿਲਿਆ ਤਾਂ ਵਿਜਿਟ ਕਰਕੇ ਦਿਖਾਵਾਂਗੇ। ਬਹੁਤ ਸੋਹਣੀ ਲੋਕੇਸ਼ਨ ਹੈ, ਬਹੁਤ ਵਧੀਆ ਹੈ। ਅਤੇ ਲਓ ਜੀ ਅਤੇ ਆਪਾਂ ਲਗਭਗ 4 ਕਿਲੋਮੀਟਰ ਭਾਖੜੇ ਤੋਂ ਦੂਰ ਰਹਿ ਗਏ ਹਾਂ। ਸਾਹਮਣੇ ਆ ਭਾਖੜਾ ਡੈਮ, ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਜੀ। ਅਤੇ ਸਾਹਮਣੇ ਭਾਖੜਾ ਡੈਮ ਹੈ। ਇਹ ਅਸੀਂ ਬਿਲਕੁਲ ਭਾਖੜਾ ਡੈਮ। ਲਗਭਗ ਕੋਈ 3 ਕਿਲੋਮੀਟਰ ਭਾਖੜਾ ਡੈਮ ਤੋਂ ਪਿੱਛੇ ਹਾਂ। ਇੱਥੇ ਵੈਸੇ ਵੀਡੀਓ ਨਹੀਂ ਬਣਾ ਸਕਦੇ ਹਾਂ ਅਤੇ ਆਪਾਂ ਹੁਣ ਵੀਡੀਓ ਬੰਦ ਕਰ ਦਾਂਗੇ ਅਤੇ ਭਾਖੜਾ ਡੈਮ ਤੋਂ ਅੱਗੇ ਜਾ ਕੇ ਫਿਰ ਤੁਹਾਡੇ ਨਾਲ ਆਪਾਂ ਗੱਲਬਾਤ ਸ਼ੇਅਰ ਕਰਾਂਗੇ। ਹਾਂ ਅਤੇ ਇੱਕ ਅਸੀਂ ਇੱਥੇ ਪਾਸ ਚੈੱਕ ਕਰਾਵਾਂਗੇ ਜੀ, ਬਸ ਇਹ ਲਾਸਟ ਪਾਸ ਆਈ ਤੋਂ ਬਾਅਦ ਆਪਾਂ ਇੰਟਰੀ ਕਰ ਜਾਵਾਂਗੇ ਜੀ। ਅਤੇ ਆਪਾਂ ਆ ਚੁੱਕੇ ਹਾਂ ਬਾਹਰ ਜੀ, ਅਤੇ ਪਾਸ ਜੋ ਚੈੱਕ ਕੀਤਾ ਕਹਿੰਦਾ ਜਾਓ, ਅਤੇ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਵਿਊ ਦਿਖਾਉਂਦੇ ਹਾਂ ਝੀਲ ਦਾ। ਆਹ ਦੇਖੋ ਇਹ ਝੀਲ, ਅਤੇ ਆਪਾਂ ਜੇ ਹੁਣ ਟਾਈਮ ਮਿਲਿਆ ਤਾਂ ਆਪਾਂ ਤੁਹਾਨੂੰ ਬੋਟਿੰਗ ਵੀ ਕਰਾਂਗੇ ਇੱਥੇ, ਪਰ ਪਾਣੀ ਦਾ ਲੈਵਲ ਜੋ ਹੈ ਉਹ ਮਤਲਬ ਬਹੁਤ ਡਾਊਨ ਹੈ ਇਸ ਟਾਈਮ। ਅਤੇ ਲਗਭਗ 2-3-4 ਕੁ ਮਹੀਨਿਆਂ ਦੇ ਬਾਅਦ ਜਿਵੇਂ ਬਰਸਾਤ ਆਊਗੀ ਉਸ ਟਾਈਮ ਇਹਦਾ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਉੱਚਾ ਹੋ ਜਾਂਦਾ, ਮਤਲਬ ਪਾਣੀ ਬਹੁਤ ਉੱਪਰ ਤੱਕ ਆ ਜਾਂਦਾ, ਅਤੇ ਫਿਰ ਵਿਊ ਦੇਖਣ ਦਾ ਮਜ਼ਾ ਹੋਰ ਜ਼ਿਆਦਾ ਵਧੀਆ ਹੋ ਜਾਂਦਾ। ਅਤੇ ਚਲੋ ਆਪਾਂ ਹੁਣ ਚੱਲਦੇ ਹਾਂ ਅੱਗੇ ਅੱਗੇ ਆ, ਬਿਲਕੁਲ ਨਾਲ ਹੀ ਥੋੜ੍ਹੀ ਜਿਹੀ ਆਪਣਾ ਸ਼ੋਪਸ ਆ ਜਾਂਦੀਆਂ, ਅਤੇ ਇਹ ਭਾਖੜੇ ਦੇ ਬਿਲਕੁਲ ਨਾਲ ਹੀ ਆ ਜਾਂਦਾ ਫਿਸ਼। ਇੱਥੇ ਤੁਸੀਂ ਮਤਲਬ ਕਿ ਨੈਚੁਰਲ ਫਿਸ਼ ਕਹਿਣ ਦਾ ਮਤਲਬ ਕਿ ਜੋ ਭਾਖੜੇ ਦੀ ਝੀਲ ਤੁਹਾਨੂੰ ਦਿਖਾਈ ਹੈ ਝੀਲ ਦੇ ਵਿੱਚ ਹੀ ਇਹ ਫਿਸ਼ ਹੈ, ਮਤਲਬ ਕਿ ਮੇਰਾ ਬਿਲਕੁਲ ਫਰੈਸ਼ ਫਿਸ਼ ਇੱਥੋਂ ਤੁਹਾਨੂੰ ਮਿਲ ਜਾਂਦੀ ਹੈ। ਇੱਥੇ ਬਹੁਤ ਲੋਕ ਵਿਜਿਟ ਕਰਦੇ ਨੇ ਖਾਣ ਵਾਸਤੇ, ਅਤੇ ਤੁਸੀਂ ਵੀ ਆ ਸਕਦੇ ਹੋ, ਦੇਖ ਸਕਦੇ ਹੋ ਅਤੇ ਇੰਜੋਏ ਕਰ ਸਕਦੇ ਹੋ ਤੁਸੀਂ। ਬਹੁਤ ਲੋਕ ਇੱਥੇ ਆਉਂਦੇ ਆ, ਬਿਲਕੁਲ ਤਾਜ਼ੀ ਮੱਛੀ ਮਿਲਦੀ ਹੈ ਇੱਥੇ, ਬਿਲਕੁਲ ਫਰੈਸ਼।
ਸਕਦੇ ਹਾਂ ਜੀ ਭਾਖੜਾ ਲੰਘ ਕੇ ਇੱਥੇ ਤੁਸੀਂ ਫਿਸ਼ ਖਾ ਸਕਦੇ ਹੋ ਫਰੈਸ਼ ਫਿਸ਼ ਅਤੇ ਬਹੁਤ ਲੋਕ ਇੱਥੇ ਆਉਂਦੇ ਇੰਜੋਏ ਕਰਨ ਲਈ ਤੁਸੀਂ ਆ ਸਕਦੇ ਅਤੇ ਆਪਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਥੱਲੇ ਬੋਟਿੰਗ ਦੇ ਲਈ ਕਿ ਥੱਲੇ ਜਾ ਕੇ ਆਪਾਂ ਬੋਟਿੰਗ ਕਰਾਂਗੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਬੋਟਿੰਗ ਠੀਕ ਹੈ ਚੱਲ ਦੇਖਿਓ ਵਿਊ ਇੱਥੋਂ ਅਤੇ ਇਹ ਜੋ ਮਤਲਬ ਸ਼ਿਪ ਡਿੱਗਿਆ ਹੋਇਆ ਪਾਣੀ ਬਹੁਤ ਡਾਊਨ ਹੈ ਜੇ ਅਤੇ ਪਾਣੀ ਦਾ ਲੈਵਲ ਜੋ ਬਿਲਕੁਲ ਆ ਤੁਹਾਨੂੰ ਉੱਪਰ ਉਹ ਵਾਈਟ ਕਲਰ ਦਾ ਜੋ ਖੰਭਾ ਦੇ ਰਿਹਾ ਇੱਥੇ ਤੱਕ ਪਾਣੀ ਆ ਜਾਂਦਾ ਉਸ ਸਮੇਂ ਵਿਊ ਦੇਖਣ ਦਾ ਹੋਰ ਵੀ ਜ਼ਿਆਦਾ ਵਧੀਆ ਆਨੰਦ ਆਉਂਦਾ ਆਹ ਥੱਲੇ ਬੋਟਿੰਗ ਲਈ ਬੋਟ ਲੱਗੇ ਹੋਏ ਨੇ ਅਤੇ ਥੋੜ੍ਹੇ ਅੱਗੇ ਜਾ ਕੇ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਬੋਟ